ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ 'ਚ ਇਸ ਪਾਵਨ ਸਥਾਨ 'ਤੇ ਬਿਰਾਜਮਾਨ ਸਾਰੇ ਸਿੱਖ ਸਾਧ ਸੰਗਤ ਜੀ ਦਾਸ ਦੀ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਖਾਲੀ ਧੰਨਵਾਦ ਹੀ ਕਰੇਗਾ ਆਪ ਨਾਲ, ਕਿਉਂਕਿ ਸਮੇਂ ਬੜਾ ਸੀਮਤ ਹੈ, ਹੋਰ ਵੀ ਬੜੇ ਬੁਲਾਰੇ ਨੇ। ਦਾਸ ਆਪਣੇ ਆਪ ਨੂੰ ਬੜਾ ਹੀ ਵਡਭਾਗਾ ਸਮਝਦਾ ਹੈ ਕਿ ਅੱਜ ਦਾਸ ਨੂੰ ਵੀ ਇੱਥੇ ਇਸ ਪਾਵਨ 350 ਸਾਲਾ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਤਾਬਦੀ ਦਾ ਪ੍ਰਕਾਸ਼ ਆਗਮਨ ਉਤਸਵ 'ਤੇ ਦਾਸ ਅਤੇ ਆਪਣੇ ਸਾਡੇ ਨਾਲ ਜਿੰਨੇ ਵੀ ਸਿੱਖ ਧਰਮਾਂ ਦੇ ਮੈਂਬਰ ਆਏ ਨੇ, ਇਹ ਕੋਈ 12 ਮੁਲਕਾਂ ਤੋਂ ਆਏ ਨੇ ਸਾਡੇ ਨਾਲ। ਅੱਜ ਚੀਨ ਤੋਂ, USA, UK, ਇਟਲੀ, ਰਸ਼ੀਆ, ਸਪੇਨ, ਅਰਜਨਟੀਨਾ, ਹੋਰ ਕਈ ਮੁਲਕਾਂ ਦੇ ਜਿਹੜੇ ਵੀ ਇੱਥੇ ਸਾਡੇ ਸਿੱਖ ਧਰਮਾਂ ਦੇ ਮੈਂਬਰ ਆਏ ਨੇ, ਇਹ ਸਭ ਸਿੱਖੀ ਨਾਲ ਜੁੜੇ ਹੋਏ ਨੇ। ਇਹਨਾਂ ਨੇ ਸਿੱਖੀ ਅਪਣਾ ਲਈ ਹੈ। ਵੱਖ ਵੱਖ ਦੇਸ਼ਾਂ ਦੇ ਇਹ ਸਾਰੇ ਵਾਸੀ ਨੇ। ਇਹ ਸਾਰਾ ਇਸਦਾ ਸਿਹਰਾ ਸਿੰਘ ਸਾਹਿਬ, ਭਾਈ ਸਾਹਿਬ ਹਰਭਜਨ ਸਿੰਘ ਖਾਲਸਾ ਯੋਗੀ ਜੀ ਨੂੰ ਜਾਂਦਾ ਹੈ, ਜਿਹੜੇ ਇੱਥੋਂ ਹੀ ਉੱਠ ਕੇ ਪੰਜਾਬ ਤੋਂ, ਦਿੱਲੀ ਤੋਂ, ਜਿਹੜੇ ਬਾਹਰ ਦੇ ਵਿਦੇਸ਼ਾਂ 'ਚ ਜਿਨ੍ਹਾਂ ਨੇ ਗੁਰੂ ਸਾਹਿਬਾਨ ਦਾ ਗੁਰਬਾਣੀ ਨਾਲ ਇਹਨਾਂ ਨੂੰ ਜੋੜਿਆ, ਇਹਨਾਂ ਨੂੰ ਪ੍ਰੇਰਣਾ ਦਿੱਤੀ, ਇਹਨਾਂ ਨੂੰ ਸਿੱਖੀ ਨਾਲ ਜੋੜਿਆ, ਗੁਰੂ ਦੀ ਚਰਨੀ ਲਗਾਇਆ, ਮੈਂ ਸਮਝਣਾ ਇਹ ਬਹੁਤ ਵੱਡੀ ਗੁਰੂ ਸਾਹਿਬ ਦੀ ਮਿਹਰ ਦਾ ਸਦਕਾ ਉਹਨਾਂ ਉੱਤੇ, ਜਿਹੜਾ ਉਹਨਾਂ ਕੋਲੋਂ ਜਿਹੜੀ ਇਹ ਸੇਵਾ ਲਈ। ਗੁਰੂ ਰਾਮਦਾਸ ਨੇ ਆਪਣੇ ਆਪ ਉਹਨਾਂ ਦੇ ਸਿਰ 'ਤੇ ਹੱਥ ਰੱਖ ਕੇ ਇਹ ਸਿੱਖ ਧਰਮ ਦੇ ਪ੍ਰਤੀ ਉਹਨਾਂ ਨੇ ਯੋਗੀ ਜੀ ਕੋਲੋਂ ਸੇਵਾ ਲਈ। ਅੱਜ ਸਾਡੇ 100 ਸੈਂਟਰ ਨੇ ਪੂਰੇ ਵਿਸ਼ 'ਚ, ਜਿੱਥੇ ਸਾਰੇ ਹੀ ਵਿਸ਼ 'ਚ ਸਿੱਖ ਧਰਮਾਂ ਦਾ, ਗੁਰੂ ਰਾਮਦਾਸ ਆਸ਼ਰਮ ਦਾ ਉੱਥੇ ਗੁਰੂ ਘਰ ਹੈ, ਜਿੱਥੇ ਇਹਨਾਂ ਨੂੰ ਗੁਰਬਾਣੀ, ਗੱਤਕਾ, ਕੀਰਤਨ, ਹੋਰ ਜਿਹੜਾ ਸਿੱਖੀ ਨਾਲ ਸਿੱਖ ਇਤਿਹਾਸ, ਇਹਨਾਂ ਨੂੰ ਅਸੀਂ ਕੋਸ਼ਿਸ਼ ਕਰਨੇ ਆ, ਸਾਡੀ ਭਾਵਨਾ ਹੈ ਬਈ ਵੱਧ ਤੋਂ ਵੱਧ ਇਹਨਾਂ ਨੂੰ ਅਸੀਂ ਇਹਨਾਂ ਨੂੰ ਸਿੱਖੀ ਨਾਲ ਜੋੜੀਏ। ਔਰ ਆਪ ਜੀ ਦੇ ਸਾਹਮਣੇ ਨੇ ਸਾਰੇ ਜੁੜ ਰਹੇ ਨੇ। ਗੁਰੂ ਗੋਬਿੰਦ ਸਿੰਘ ਜੀ ਦਾ ਇਹ ਵਚਨ ਸੀ ਕਿ 96 ਕਰੋੜ ਖਾਲਸਾ ਸਜੇਗਾ, ਇਹ ਆਪ ਜੀ ਦੇ ਸਾਹਮਣੇ ਹੀ ਹੈ। ਜਿਹੜੇ ਵਿਸ਼ ਵੱਡੇ ਦੇਸ਼ਾਂ 'ਚ ਜਿਹੜੇ ਸਿੱਖ ਸੱਜ ਰਹੇ ਨੇ, ਇਹ ਸਭ ਉਹਨਾਂ ਦੀ ਕਰਾਮਾਤ ਹੈ। ਅੱਜ ਸਾਹਿਬੇ ਕਮਾਲ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਇਹ ਮੈਸੇਜ, ਸੰਦੇਸ਼, ਇਹ ਕੋਈ ਐਸਾ ਵਿਸ਼ ਦਾ ਕੋਨਾ ਨਹੀਂ ਹੈ ਜਿੱਥੇ ਅੱਜ ਇਹ ਨਹੀਂ ਜਾ ਰਿਹਾ। ਸਾਰੇ ਸਿੱਖ ਸੰਗਤਾਂ ਸਾਡੇ ਸੈਂਟਰ ਵੱਡ ਚੜ੍ਹ ਕੇ ਵੱਡੇ ਪੱਧਰ 'ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਹੈ ਪ੍ਰਚਾਰ ਪ੍ਰਸਾਰ ਉੱਥੇ ਹੋ ਰਿਹਾ ਹੈ। ਇਹ ਸਾਰੇ ਹੀ ਸਿੱਖੀ ਵਾਸਤੇ, ਸਿੱਖੀ ਨੂੰ ਜੋੜਨ, ਸਾਰਿਆਂ ਨੂੰ ਜੋੜਨ ਵਾਸਤੇ, ਸਿੱਖੀ ਨੂੰ ਕਾਇਮ ਰੱਖਣ ਵਾਸਤੇ, ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਸੇਜ ਦੇਣ ਵਾਸਤੇ, ਇਹ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੀ ਕਰਾਮਾਤ ਹੈ। ਅੱਜ ਜਿਵੇਂ ਆਪ ਜੀ ਨੇ ਬਾਕੀ ਸਾਰੇ, ਅੱਜ ਬਹੁਤ ਹੀ ਵਡਭਾਗਾ ਦਿਨ ਹੈ ਵੀ ਸਿੱਖ ਕੌਮ ਦੀ ਮਹਾਨ ਸ਼ਖਸੀਅਤਾਂ ਅੱਜ ਇੱਥੇ ਮੌਜੂਦ ਨੇ, ਹਾਜ਼ਰੀਆਂ ਭਰ ਰਹੀਆਂ ਨੇ। ਮੈਂ ਖਾਸ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂੰਗਰ ਦਾ, ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਦਾ, ਡਾਕਟਰ ਰੂਪ ਸਿੰਘ ਜੀ ਦਾ, ਹੋਰ ਜਿੰਨੇ ਵੀ ਸਿੱਖ ਵੱਡੇ ਪਤਵੰਤੇ ਇੱਥੇ ਬੈਠੇ ਨੇ, ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਕਿ ਉਹਨਾਂ ਨੇ ਸਾਡੀ ਸਿੱਖ ਧਰਮਾਂ ਦੀ ਜਿਹੜੀ ਡੈਲੀਗੇਸ਼ਨ ਹੈ, ਇਹ ਕੋਈ 45 ਮੈਂਬਰਾਂ ਦੀ ਡੈਲੀਗੇਸ਼ਨ ਹੈ ਜਿਨ੍ਹਾਂ ਨੇ ਸਿੱਖੀ ਅਪਣਾਈ ਹੈ, ਉਹਨਾਂ ਨੂੰ ਜੀ ਆਇਆਂ ਕਿਹਾ, ਉਹਨਾਂ ਨੂੰ ਵੈਲਕਮ ਕੀਤਾ ਇੱਥੇ। ਅਤੇ ਅੱਗੇ ਵੀ ਸਾਡੀ ਆਸ ਹੈ ਕਿ ਇਹ ਇਸੇ ਤਰ੍ਹਾਂ ਸਾਨੂੰ ਆਪਣਾ ਪਿਆਰ ਦਿੰਦੇ ਰਹਿਣਗੇ, ਕਿਉਂਕਿ ਸਾਡੇ ਆਸੇ ਆਪ ਜੀ ਦਾ ਪਿਆਰ, ਆਪ ਜੀ ਦਾ ਸਤਿਕਾਰ, ਆਪ ਜੀ ਦੀ ਜਿਹੜੀ ਜੀ ਆਇਆਂ ਨੂੰ, ਉਹ ਸਾਨੂੰ ਬਹੁਤ ਇਸ ਵਕਤ ਲੋੜ ਹੈ। ਇੰਨੇ ਸ਼ਬਦ ਕਹਿੰਦਾ ਹੋਇਆ ਭੁੱਲਾਂ ਚੁੱਕਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।